ਇੱਕ ਰੋਮੀ ਨਾਂ ਦਾ ਲੜਕਾ ਅਮਨਦੀਪ ਉਰਫ ਰੋਮੀ ਜੀ, ਫਸਟ ਜਦੋਂ ਫੜਿਆ ਸੀ ਤਾਂ ਉਹਦੇ ਵਿੱਚੋਂ 20 ਗ੍ਰਾਮ ਉਹਦੇ ਤੋਂ ਜਿਹੜੀ ਹੈ ਡਰੱਗ, ਅਤੇ ਉਹਦੇ ਤੋਂ ਕਰਦਿਆਂ ਕਰਦਿਆਂ ਅਸੀਂ ਉਸ ਪੁੱਛਗਿੱਛ ਦੌਰਾਨ ਡਿਊਰਿੰਗ ਉਸ ਟਾਈਮ ਦੇ ਵਿੱਚ ਉਹਦੇ 'ਚੋਂ ਅਸੀਂ ਟੋਟਲ 4 ਵੈਪਨ ਅਤੇ 7,70,000 ਰੁਪਇਆ ਜਿਹੜੀ ਹੈ ਡਰੱਗ ਮਨੀ ਅਸੀਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ। ਲੈਣ ਤੋਂ ਬਾਅਦ ਇਹਦੇ 'ਚ ਅਸੀਂ ਚੈੱਕ ਕਰਾਂਗੇ ਕਿ ਇਹ ਵੈਪਨ ਜਿਹੜੇ ਹੈ ਇਹ ਕਿਤੇ ਪਹਿਲਾਂ ਯੂਜ਼ ਤਾਂ ਨਹੀਂ ਹੋਏ, ਇਹਨਾਂ ਤੋਂ ਹੋਰ ਪੁੱਛਗਿੱਛ ਕਰਾਂਗੇ ਕਿ ਕੋਈ ਹੋਰ ਵੈਪਨ ਹੈ ਜਿਹੜੇ ਕਿਤੇ ਲਿਆ ਕੇ ਇਹ ਕਿੱਥੋਂ ਲੈ ਕੇ ਆਏ, ਅਤੇ ਦੂਜਾ ਲਿਆ ਕੇ ਕਿਸੇ ਹੋਰ ਪਾਸੇ ਤਾਂ ਨਹੀਂ ਜਿਹੜੇ ਪਏ ਵੇ ਜਿਹੜੇ ਰਿਕਵਰ ਕਰਨਾ ਬਾਕੀ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੂੰਗਾ ਕਿ ਲੁਧਿਆਣਾ ਕਮਿਸ਼ਨਰੇਟ ਵੱਲੋਂ ਜਿਹੜੀ ਐਂਟੀ ਸੋਸ਼ਲ ਗੁੰਡਾ ਅਨਸਰ ਅਤੇ ਡਰੱਗ ਪੈਡਲਰ ਦੇ ਖਿਲਾਫ ਬੜੇ ਜ਼ਬਰਦਸਤ ਢੰਗ ਨਾਲ ਅਸੀਂ ਆਪਦੀ ਸਾਡੀਆਂ ਟੀਮਸ ਵੱਖ ਵੱਖ ਮਿਹਨਤ ਨਾਲ ਕੰਮ ਕਰ ਰਹੀਆਂ, ਉਸੇ ਕੜੀ ਦੇ ਵਿੱਚ ਸਾਨੂੰ ਇੱਕ ਰੋਮੀ ਨਾਂ ਦਾ ਲੜਕਾ ਅਮਨਦੀਪ ਉਰਫ ਰੋਮੀ ਜੀ ਫਸਟ ਜਦੋਂ ਫੜਿਆ ਸੀ ਤਾਂ ਉਹਦੇ ਵਿੱਚੋਂ 20 ਗ੍ਰਾਮ ਉਹਦੇ ਤੋਂ ਜਿਹੜੀ ਹੈ ਡਰੱਗ, ਅਤੇ ਉਹਦੇ ਤੋਂ ਕਰਦਿਆਂ ਕਰਦਿਆਂ ਅਸੀਂ ਉਸ ਪੁੱਛਗਿੱਛ ਦੌਰਾਨ ਡਿਊਰਿੰਗ ਉਸ ਟਾਈਮ ਦੇ ਵਿੱਚ ਉਹਦੇ 'ਚੋਂ ਅਸੀਂ ਟੋਟਲ 4 ਵੈਪਨ ਅਤੇ 7,70,000 ਰੁਪਇਆ ਜਿਹੜੀ ਹੈ ਡਰੱਗ ਮਨੀ ਅਸੀਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਇਹਦੇ ਜਿਹੜੀ ਇੰਪੋਰਟੈਂਟ ਗੱਲ ਇਹ ਜਿਹੜੇ 4 ਵੈਪਨ ਮਿਲਣਾ, ਇਹ ਵੈਪਨ ਕਿਸੇ ਨਾ ਕਿਸੇ ਗਲਤ ਥਾਂ ਯੂਜ਼ ਹੋਣੇ ਸੀ, ਉਹ ਵੈਪਨ ਮਿਲਣਾ ਇੰਪੋਰਟੈਂਟ ਗੱਲ ਹੈ, ਦੂਜੀ ਗੱਲ ਇਹਦੇ 'ਚ ਡਰੱਗ ਮਨੀ ਜਿਹੜੀ ਮਿਲੀ ਆ ਉਹ ਇੰਪੋਰਟੈਂਟ ਹੈ, ਤੀਸਰੀ ਸਭ ਤੋਂ ਇੰਪੋਰਟੈਂਟ ਗੱਲ ਹੈ ਅਸੀਂ ਛੋਟੀ ਜਿਹੀ ਲੀਡ ਜਿਹੜੀ ਸਾਨੂੰ ਮਿਲੀ ਸੀ ਉਹ ਲੀਡ ਨੂੰ ਹਾਇਸਟ ਲੈਵਲ 'ਤੇ ਮੋਨੀਟਰ ਕਰਕੇ ਸਾਡੇ CIA ਇੰਸਪੈਕਟਰ ਬੇਅੰਤ ਅਤੇ ADCP ਜਿਹੜੇ ਵਨ ਹੈਗੇ ਆ ਗੁਰਪਿੰਦਰ ਸਿੰਘ ਅਤੇ ਵਰਿੰਦਰ ਬਰਾੜ ਜਿਹੜੇ ਹੈਗੇ ਆ ਉਹ ਆਪਣੇ DCP ਇਨਵੈਸਟੀਗੇਸ਼ਨ ਇਹਨਾਂ ਵੱਲੋਂ ਮੋਨੀਟਰ ਕਰਦੇ ਕਰਦਿਆਂ ਅਸੀਂ 4 ਵੈਪਨ 7,70,000 ਰੁਪਇਆ ਡਰੱਗ ਮਨੀ ਅਤੇ ਨਾਲ ਉਹਦੇ 'ਤੇ ਉਹਨੂੰ ਜਿਹੜੀ 100 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਅਸੀਂ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ। ਇਹਦੇ 'ਚ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਵਾਂਗੇ, ਰਿਮਾਂਡ ਲੈਣ ਤੋਂ ਬਾਅਦ ਇਹਦੇ 'ਚ ਅਸੀਂ ਚੈੱਕ ਕਰਾਂਗੇ ਕਿ ਇਹ ਵੈਪਨ ਜਿਹੜੇ ਹੈ ਇਹ ਕਿਤੇ ਪਹਿਲਾਂ ਯੂਜ਼ ਤਾਂ ਨਹੀਂ ਹੋਏ, ਇਹਨਾਂ ਤੋਂ ਹੋਰ ਪੁੱਛਗਿੱਛ ਕਰਾਂਗੇ ਕਿ ਕੋਈ ਹੋਰ ਵੈਪਨ ਹੈ ਜਿਹੜੇ ਕਿਤੇ ਲਿਆ ਕੇ ਇਹ ਕਿੱਥੋਂ ਲੈ ਕੇ ਆਏ, ਅਤੇ ਦੂਜਾ ਲਿਆ ਕੇ ਕਿਸੇ ਹੋਰ ਪਾਸੇ ਤਾਂ ਨਹੀਂ ਜਿਹੜੇ ਪਏ ਵੇ ਜਿਹੜੇ ਰਿਕਵਰ ਕਰਨਾ ਬਾਕੀ ਹੋਵੇ, ਅਤੇ ਤੀਸਰੀ ਗੱਲ ਇਹ ਵੀ ਇਹ ਜਿਹੜੀ ਡਰੱਗ ਹੈ ਇਹ ਡਰੱਗ ਕਿੱਥੋਂ ਲੈ ਕੇ ਆ ਰਹੇ ਸੀ, ਅਤੇ ਜਿਹੜਾ 7,70,000 ਰੁਪਇਆ ਜਿਹੜੀ ਡਰੱਗ ਮਨੀ ਹੈ ਉਹ ਕਿਹਨੂੰ ਕਿਹਨੂੰ ਵੇਚ ਕੇ ਜਿਹੜੀ ਸਾਡੀ ਯੂਥ ਨੂੰ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਲੱਗੇ ਹੋਏ ਆ ਉਹ ਵੀ ਅਸੀਂ ਇਹਨੂੰ ਸੀਰੀਅਸਲੀ ਲੈ ਕੇ ਅੱਗੇ ਕਾਰਵਾਈ ਕਰਾਂਗੇ। ਦੇਖੋ ਵੈਪਨ ਤਾਂ ਦੇਖੋ ਇਹ ਵੈਪਨ ਤੁਸੀਂ ਦੇਖੋ ਸਾਰੇ ਇੰਪੋਰਟੈਂਟ ਟਾਈਪ ਵੈਪਨ ਲੱਗਦੇ ਆ, ਇਹ ਕੋਈ ਵੀ ਵੈਪਨ ਇਹੋ ਜਿਹਾ ਨਹੀਂ ਲੱਗਦਾ ਜਿਹੜਾ ਵੀ ਨੋਰਮਲ ਟਾਈਪ ਵੈਪਨ ਲੱਗੇ, ਜਿਹੜੀ ਦੇਖੋ ਬੜੀ ਇੰਪੋਰਟੈਂਟ ਇਹਦੇ 'ਚ ਗੱਲ ਹੈ। ਅਤੇ ਇਹ ਵੈਪਨ ਜੇ ਲੈ ਕੇ ਆਉਣਾ ਗਲਤ ਕੰਮ ਲਈ, ਗੁੰਡਾਗਰਦੀ ਲਈ ਅਤੇ ਜਾਂ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣ ਲਈ ਲੈ ਜਾਂਦੇ ਆ, ਅਤੇ ਇਹ ਹੁਣ ਅਸੀਂ ਜਿਵੇਂ ਛੋਟੀ ਜਿਹੀ ਰਿਕਵਰੀ ਤੋਂ 4 ਵੈਪਨ ਰਿਕਵਰ ਕਰਨ 'ਚ ਆਏ ਹਾਂ, ਅਤੇ ਮੈਨੂੰ ਲੱਗਦਾ ਵੀ ਕਿਸ ਕੰਮ ਲਈ ਸੀ ਲੈ ਕੇ ਆਉਣੇ ਅਤੇ ਕੀ ਕਰਨਾ ਸੀ ਉਹ ਵੀ ਅਸੀਂ ਲੱਭਣ 'ਚ ਕਾਮਯਾਬ ਹੋਵਾਂਗੇ। ਹਾਂਜੀ ਇਹਦਾ ਰੋਮੀ ਦੇ ਨਾ ਜੀ 4 STO ਵੱਲੋਂ ਵੀ ਇਹਨੂੰ ਡਰੱਗ ਦੇ ਨਾਲ ਫੜਿਆ ਗਿਆ ਪਹਿਲਾਂ, ਅਤੇ ਇਸ ਤੋਂ ਇਲਾਵਾ ਇਹਦੇ 4 ਜਿਹੜੇ ਸੀ ਜਿਹਨੇ ਕੇਸ ਟ੍ਰੇਸ ਕੀਤਾ ਉਹਨਾਂ ਨੂੰ ਸਰਟੀਫਿਕੇਟਸ ਐਂਡ ਕੈਸ਼ ਰਿਵਾਰਡ, ਕਿਉਂਕਿ ਗੱਲ ਨਹੀਂ ਹੋ ਪਈ ਹੈ
ਤੇ ਇਹਨਾਂ ਨੂੰ ਵੀ ਅਸੀਂ ਸਰਟੀਫਿਕੇਟ ਐਂਡ ਕੈਸ਼ ਅਵਾਰਡ ਲਈ ਅਸੀਂ ਰਿਕਮੈਂਡ ਕਰਾਂਗੇ ਅਤੇ ਜਿਵੇਂ ਅਪਰੂਵ ਹੋਇਆ ਉਹ ਤੁਹਾਨੂੰ ਉਹ ਕਰ ਦਾਂਗੇ। ਬਟ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਜਿਹੜੀ ਕਿ ਇੱਥੇ ਜਿਹੜੀ ਲੁਧਿਆਣਾ ਕਮਿਸ਼ਨਰ ਅਤੇ ਮੇਰੀ ਟੀਮ ਦੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ, ਛੋਟੀ ਜਿਹੀ ਰਿਕਵਰੀ ਤੋਂ ਛੋਟੀ ਜਿਹੀ ਲੀਡ ਤੋਂ ਲੈ ਕੇ ਅਤੇ ਏਡੇ ਵੈਪਨ, ਇਹ ਵੈਪਨ ਸਾਰੇ ਹੀ ਇਵੇਂ ਹੈ ਜਿਹੜੇ ਕਿ ਮਤਲਬ ਦੇਖਣ ਨੂੰ ਤਾਂ ਭਾਵੇਂ ਦੇਸੀ ਲੱਗਦੇ ਆ ਪਰ ਇਹ ਜਿਹੜੇ ਸੋਫਿਸਟੀਕੇਟਡ ਇੰਪੋਰਟਡ ਵੈਪਨ ਵਾਂਗੂ ਹੀ ਹੈ, ਜਿਹੜੇ ਬਣੇ ਬਣਤਰ ਅਤੇ ਹੋਰ ਹੈ ਉਹਦੇ ਵਿੱਚ ਵੈਪਨ ਕਿੱਥੋਂ ਲਿਆਂਦੇ, ਕਿੰਨੇ ਦੇ ਲਿਆਂਦੇ, ਪਾਰਟ ਹੈ ਇਹਦੇ ਵਿੱਚ, ਇਹਨਾਂ ਵੈਪਨ ਕਿਸੇ ਕ੍ਰਾਈਮ 'ਚ ਯੂਜ਼ ਹੋਏ ਕਿ ਨਹੀਂ ਹੋਏ, ਦੈਟਸ ਪਾਰਟ ਆਫ ਇਨਵੈਸਟੀਗੇਸ਼ਨ, ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ। ਨਹੀਂ ਇਹ ਇਹ ਸਾਰਾ ਕੁਛ ਚੈੱਕ ਕਰਨ ਵਾਲੀ ਗੱਲ ਹੈ ਕਿਉਂਕਿ ਜਿਹਦਾ ਕ੍ਰਿਮੀਨਲ ਪਾਸਟ ਹੈ, ਜਿਹਦੇ ਕੋਲ ਪੰਜ ਮੁਕੱਦਮੇ ਦਰਜ ਹੈ ਅਤੇ ਉਹ ਬੰਦੇ ਵੱਲੋਂ ਜਿਹੜਾ ਡਰੱਗ ਨਾਲ ਮਿਲਣੀ, ਇਹ ਤਾਂ ਡੈਡਲੀ ਕੰਬੀਨੇਸ਼ਨ ਹੋ ਗਿਆ ਨਾ, ਡਰੱਗ ਵੀ ਮਿਲ ਰਹੀ ਹੈ ਅਤੇ ਨਾਲ ਉਹਦੇ 'ਤੇ ਜਿਹੜਾ ਵੈਪਨ ਵੀ ਉਹਦੇ ਕੋਲੋਂ ਮਿਲ ਰਿਹਾ, ਡਰੱਗ ਐਂਡ ਵੈਪਨ ਦਾ ਜਿਹੜਾ ਇਹਨੂੰ ਡੈਡਲੀ ਕੰਬੀਨੇਸ਼ਨ ਹੈ, ਇਸੇ ਗੱਲ ਦੇ ਵਿੱਚ ਹੀ ਬੜਾ ਅਸੀਂ ਇਹਨੂੰ ਸੀਰੀਅਸਲੀ ਐਂਡ ਹਾਈਐਸਟ ਲੈਵਲ 'ਤੇ ਮੋਨੀਟਰ ਕਰਕੇ ਜਿਹੜਾ ਉਹਨੂੰ ਇਸ ਕੇਸ ਨੂੰ ਅਸੀਂ ਕੀਤਾ ਅਤੇ ਫਸਟ ਜਿਹੜੀ ਅਰੈਸਟ ਪਈ ਸੀ ਉਹ ਪਈ ਸੀ ਜਿਹੜੇ ਪਹਿਲਾਂ ਪੱਚੀ ਤਰੀਕ ਨੂੰ ਜਦੋਂ ਇਹਦੇ 'ਚ ਰੋਮੀ ਦੀ ਇਹਦੇ 'ਚ ਅਰੈਸਟ ਹੋਈ ਸੀ ਅਤੇ ਅੱਜ ਉਹਨੂੰ 27 ਤਰੀਕ ਹੈਗੀ, 27 ਤਰੀਕ ਤੱਕ ਇਹਨਾਂ ਤੋਂ